ਸਤਿ ਸ਼੍ਰੀ ਅਕਾਲ ਜੀ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਈ ਹਾਂ ਅੱਜ ਤੁਹਾਡੇ ਵਾਸਤੇ। ਸਾਰੇ ਮਿਕਸ ਫੈਬਰਿਕ ਦੇ ਅੱਜ ਦੀ ਵੀਡੀਓ ਦੇ ਸੂਟ ਹੋਣਗੇ ਜੀ, ਮਤਲਬ ਹਰੇਕ ਹੀ ਮੌਸਮ ਦੇ ਅਕੋਰਡਿੰਗ ਸੂਟ ਹੋਣਗੇ। ਇਹਨਾਂ ਵਿੱਚ ਅਸੀਂ ਤੁਹਾਨੂੰ ਮਸਲੀਨ ਵੀ ਦੇਵਾਂਗੇ, ਵੂਲਨ ਦੇ ਸੂਟ ਵੀ ਦੇਵਾਂਗੇ ਅਤੇ ਪਾਰਟੀ ਵੀਅਰ ਔਰਗੈਂਜ਼ਾ ਦੇ ਸੂਟ ਵੀ ਦੇਵਾਂਗੇ। ਬਹੁਤ ਪਿਆਰੀ ਜੀ ਵੀਡੀਓ ਹੈ। ਪ੍ਰਾਈਸ ਹਰੇਕ ਸੂਟਾਂ ਦੇ ਅਲੱਗ ਅਲੱਗ ਨੇ ਜੀ, ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਵੀਡੀਓ ਦੇ ਵਿੱਚ। ਅਤੇ ਬੁਕਿੰਗ ਲਈ ਨੰਬਰ ਹੋਊਗਾ 8283828281 ਨੰਬਰ ਆ। ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆਇਆ ਉਸਦਾ ਸਕਰੀਨਸ਼ੋਟ ਲੈ ਕੇ ਤੁਸੀਂ ਮੇਰੇ ਨੰਬਰ 'ਤੇ ਸੈਂਡ ਕਰ ਸਕਦੇ ਹੋ। ਅਤੇ ਸਭ ਤੋਂ ਪਹਿਲਾਂ ਇੱਕ ਸੂਟ ਮੈਂ ਵੀਅਰ ਕੀਤਾ ਹੋਇਆ, ਮੈਂ ਤੁਹਾਨੂੰ ਦਿਖਾਉਂਦੀ ਹਾਂ ਉਸ ਸਾਈਡ ਦਾ। ਹਾਂਜੀ, ਇਹ ਹੈਗਾ ਸ਼ਿਮਰ ਦਾ ਸੂਟ, ਠੀਕ ਹੈ। ਪੌਂਚਿਆਂ 'ਤੇ ਵੀ ਵਰਕ ਦੇ ਨਾਲ ਬਹੁਤ ਸੋਹਣਾ ਹੈਂਡ ਵਰਕ ਹੋਇਆ ਮੈਂ ਉੱਪਰ, ਅਤੇ ਸ਼ਿਮਰ ਦਾ ਸਟੱਫ ਬਹੁਤ ਜ਼ਿਆਦਾ ਫਾਈਨ ਹੈ। ਮੈਂ ਫੁੱਲ ਲਾਈਨਿੰਗ ਲਾ ਕੇ ਸੂਟ ਬਣਵਾਇਆ ਹੋਇਆ, ਅਤੇ ਇੱਦਾਂ ਹੀ ਇਹਦੇ ਵਿੱਚ ਸਾਰੇ ਸੂਟਾਂ 'ਚ ਮੈਂ ਤੁਹਾਨੂੰ ਦਿਖਾਵਾਂਗੀ ਜੀ। ਨੈੱਕ ਬਹੁਤ ਪਿਆਰਾ ਬਣਿਆ ਹੋਇਆ ਸਾਰੇ ਸੂਟਾਂ ਨਾਲ। ਨੈੱਕ ਇਹਦਾ ਡੀਪ ਸੀਗਾ ਅਤੇ ਮੈਂ ਡੀਪ ਨੈੱਕ ਪਾਉਂਦੀ ਨਹੀਂ, ਵਿੱਚ ਮੈਂ ਖੁਦ ਡਿਜ਼ਾਇਨਿੰਗ ਕਰਵਾ ਲਈ ਇਸ 'ਤੇ। ਅਤੇ ਨਾਲ ਚਨੌਨ ਸ਼ਿਫੋਨ ਦਾ ਹੈਗਾ ਦੁਪੱਟਾ, ਇਹ 'ਚ ਅਸੀਂ ਤੁਹਾਨੂੰ ਕਲਰ ਆਪਸ਼ਨ ਦੇਵਾਂਗੇ। ਇਸ ਸੂਟ ਦੇ ਵਿੱਚ ਮੈਂ ਦੋ ਧੂਆਂ ਪਾ ਲਈਆਂ। ਸਟੱਫ ਬਹੁਤ ਜ਼ਿਆਦਾ ਫਾਈਨ ਹੈ, ਮੈਂ ਮਸ਼ੀਨ ਵਾਸ਼ ਕੀਤਾ ਸੀਗਾ ਸੂਟ ਇਹ, ਅਤੇ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਕਲਰ ਦਿੰਦੀ ਹਾਂ। ਹਾਂਜੀ, ਇਹ ਸੂਟ ਦਾ ਪ੍ਰਾਈਸ ਹੈਗਾ ਏ 3890 ਸੂਟ ਦਾ ਪ੍ਰਾਈਸ ਹੈ। ਇੱਦਾਂ ਦੇਖੋ ਇਹ ਨੈੱਕ ਬਣਿਆ ਹੋਇਆ, ਬਹੁਤ ਫਿਨਿਸ਼ਿੰਗ ਅਤੇ ਰਾਮਟੈਕਸ ਬ੍ਰਾਂਡ ਦਾ ਸੂਟ ਆ, ਬਹੁਤ ਪਿਆਰਾ ਸਟੱਫ ਹੈ ਇਸਦਾ ਸ਼ਿਮਰ ਵਾਲਾ, ਠੀਕ ਹੈ ਜੀ। ਮਸਲੀਨ ਦੀ ਤਰ੍ਹਾਂ ਸਟੱਫ ਹੈ ਇਸਦਾ, ਬਹੁਤ ਜ਼ਿਆਦਾ ਸੋਫਟ ਕਲਰ ਹੈਗਾ ਇਹਦੇ ਵਿੱਚ, ਇਹ ਪਰਪਲ ਜਾਂ ਲਾਈਟ ਪਰਪਲ ਕਲਰ ਆ। ਇਹ ਹੈਗੇ ਜੀ ਪ੍ਰਿੰਟ ਸ਼ਰਟ, ਠੀਕ ਹੈ। ਨੈੱਕ ਇਹਦਾ ਬਣਿਆ ਹੋਇਆ, ਨੈੱਕ ਜਿੱਦਾਂ ਇਹ ਡੀਪ ਹੈ ਜੀ, ਤੁਸੀਂ ਦੇਖੋ ਇਹ ਜਿਹੜਾ ਮੈਂ ਪਾਇਆ ਹੋਇਆ ਸੂਟ, ਇਹਦਾ ਵੀ ਇੱਦਾਂ ਹੀ ਡੀਪ ਸੀਗਾ ਨੈੱਕ। ਇਹ 'ਚ ਮੈਂ ਪਿੰਟੈਕਸ ਦੇ ਕੇ ਇਹਨੂੰ ਥੋੜ੍ਹਾ ਛੋਟਾ ਛੋਟਾ ਕਰ ਲਿਆ ਨੈੱਕ ਨੂੰ। ਬਾਕੀ ਅਗਰ ਤੁਹਾਡੀ ਸ਼ਰਟ ਦੀ ਲੈਂਥ ਛੋਟੀ ਹੈ, ਮੇਰੀ ਲੈਂਥ ਹੁੰਦੀ ਹੈ ਜੀ 47-48, ਮੈਂ ਆਪਣੀ ਲੈਂਥ ਰੱਖਦੀ ਹਾਂ ਸ਼ਰਟ ਦੀ, ਫਿਰ ਤੁਸੀਂ ਉੱਪਰੋਂ ਥੋੜ੍ਹਾ ਜਿਹਾ ਗਲਾ ਵੀ ਕਟਵਾ ਸਕਦੇ ਹੋ। ਇੱਦਾਂ ਥੋੜ੍ਹਾ ਜਿਹਾ ਗਲਾ ਕਟਵਾ ਕੇ ਇਹਦੇ ਵਿੱਚ ਤੁਹਾਨੂੰ ਇਹ ਪੈਸੇ ਦੇਣ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਆਪਣੇ ਅਕੋਰਡਿੰਗ ਇਸ 'ਤੇ ਐਡਜਸਟਮੈਂਟ ਕਰ ਸਕਦੇ ਹੋ, ਠੀਕ ਹੈ। ਅਤੇ ਨੀਚੇ ਸੇਮ ਹੈ ਜੀ ਉੱਦਾਂ ਹੀ ਲੇਸਿਸ ਦੇ ਨਾਲ, ਅਤੇ ਬਾਜੂ 'ਤੇ ਵੀ ਇਹ ਹੈਗਾ ਇਹਦਾ ਸਲਵਾਰ ਦਾ ਕੰਮ, ਇਹਦੀ ਸਲਵਾਰ ਆ। ਕਲਰ ਬਹੁਤ ਪਿਆਰਾ ਨਾਲ ਹੈਗੇ ਨੇ ਜੀ ਦੁਪੱਟੇ, ਤੁਸੀਂ ਇਹ ਦੇਖ ਹੀ ਲਏ, ਇੱਦਾਂ ਹੀ ਪ੍ਰਿੰਟ 'ਚ ਦੁਪੱਟਾ ਰਹੇਗਾ। ਮੈਂ ਤੁਹਾਨੂੰ ਦੱਸਿਆ ਮੈਂ ਦੋ ਵਾਰੀ ਪਾ ਲਿਆ, ਦੁਪੱਟਾ ਤਾਂ ਮੈਂ ਨਹੀਂ ਵਾਸ਼ ਕੀਤਾ, ਪਰ ਸੂਟ ਮੈਂ ਵਾਸ਼ ਕੀਤਾ ਹੋਇਆ ਜੀ, ਸੇਮ ਹੀ ਦੁਪੱਟਾ ਰਹੇਗਾ ਇੱਦਾਂ ਹੀ। ਅਤੇ ਇੱਕ ਕਲਰ ਹੈਗਾ ਇਹਦੇ ਵਿੱਚ ਪਿਸਤਾ ਜੀ ਟੋਨ ਦੇ ਉੱਪਰ, ਇਹਦੇ ਨਾਲ ਇਹ ਲਾਈਟ ਲੈਮਨ ਜਿਹਾ ਸ਼ੇਡ ਆ, ਬਹੁਤ ਸੋਹਣਾ ਲੈਮਨ ਕਲਰ ਇਹ, ਠੀਕ ਹੈ ਜੀ। ਅਤੇ ਪ੍ਰਾਈਸ ਹੈਗਾ ਇਹਨਾਂ ਦਾ 3890। ਨੈਕਸਟ ਸੂਟ ਤੁਹਾਨੂੰ ਦੇਣ ਜਾ ਰਹੇ ਹਾਂ ਅਸੀਂ, ਅੱਜ ਦੀ ਵੀਡੀਓ ਸਾਰੀ ਮਿਕਸ ਰਹੇਗੀ ਜੀ, ਸਭ ਦੇ ਪ੍ਰਾਈਸ ਅਲੱਗ ਅਲੱਗ ਰਹਿਣਗੇ। ਇੱਕ ਕੋਟਨ ਦਾ ਸੂਟ ਹੈ ਜੀ, ਰੀਵਾ ਬ੍ਰਾਂਡ ਦਾ ਸੂਟ, ਪੰਜ ਮੀਟਰ ਦਾ ਸੂਟ ਆ, ਆਲ ਓਵਰ ਸਟੱਫ ਹੈ ਜੀ ਇਹ, ਅਤੇ ਨਾਲ ਹੈਗੇ ਇਹਦੇ ਮਸਲੀਨ ਦਾ ਦੁਪੱਟਾ। ਅਤੇ ਪ੍ਰਾਈਸ ਹੈਗਾ ਜੀ ਇਹ ਸੂਟ ਦਾ 2100 ਪ੍ਰਾਈਸ ਸੀਗਾ, ਇਹ ਸਾਡੇ ਕੋਲ ਪਿਆ ਸੀ ਇੱਕ ਸਿੰਗਲ ਏ ਸੂਟ, ਤਾਂ ਤੁਹਾਨੂੰ ਇਹ 2000 ਦਾ ਦੇਵਾਂਗੇ ਜੀ, ਰੀਵਾ ਬ੍ਰਾਂਡ ਦਾ ਸੂਟ, ਠੀਕ ਹੈ ਜੀ। ਨੈਕਸਟ ਬਹੁਤ ਸੋਹਣਾ ਸੂਟ ਆ ਰਾਖੀ ਬ੍ਰਾਂਡ ਦਾ, ਕਾਫੀ ਜ਼ਿਆਦਾ ਇਹਨਾਂ ਸੂਟਾਂ ਨੂੰ ਬਹੁਤ ਵਾਰੀ ਸੈੱਟ ਆਏ ਨੇ ਮੇਰੇ ਕੋਲ ਇਹਨਾਂ ਸੂਟਾਂ ਦੇ। ਇਹ ਹੈਗਾ ਮਸਲੀਨ ਦੇ, ਪਿਓਰ ਮਸਲੀਨ ਦੇ ਉੱਪਰ ਆ ਸੂਟ, ਬਹੁਤ ਸਾਰੇ ਕਲਰ ਆਪਸ਼ਨ ਸੀਗੇ। ਅਤੇ ਇੱਕ ਲਾਸਟੀ ਪੀਸ ਪਿਆ, ਇਹ ਬਾਜੂ ਹੈ ਜੀ, 3 ਮੀਟਰ ਦੀ ਸ਼ਰਟ ਆ, ਇਹ ਬੈਕ ਦਾ ਪੱਲਾ ਹੋ ਗਿਆ, ਇਹਦੇ ਨਾਲ ਚਨੌਨ ਸ਼ਿਫੋਨ ਦਾ ਦੁਪੱਟਾ ਏ,
ਇਹ ਵਾਲਾ ਹੈਗਾ ਜੀ ਦੁਪੱਟਾ, ਲੰਮਾ ਚੌੜਾ ਦੁਪੱਟਾ ਪੂਰਾ, ਅਤੇ ਨਾਲ ਮਸਲੀਨ ਦੀ ਉਹ ਹੈਗੀ ਹੈ ਸਲਵਾਰ। ਠੀਕ ਹੈ ਜੀ, 2800 ਸੀਗਾ ਇਸ ਸੂਟ ਦਾ ਪ੍ਰਾਈਸ, ਅਤੇ ਹੁਣ ਤੁਹਾਨੂੰ ਦੇਵਾਂਗੇ ਜੀ ਇਹ 2400 ਦਾ, 2400 ਦਾ ਸੂਟ ਆ। ਇਹ ਸੂਟ ਮੈਂ ਖੁਦ ਵਰਕ ਕਰਵਾਇਆ ਹੋਇਆ, ਇਹ ਵੀ ਮਸਲੀਨ ਦੇ ਉੱਪਰ ਆ ਸੂਟ। ਠੀਕ ਹੈ, ਲਾਈਟ ਪਰਪਲ ਕਲਰ ਦਾ ਪਿਓਰ ਵਾਲੀ ਮਸਲੀਨ ਹੈ ਇਹ, ਬਹੁਤ ਲਾਈਟ ਵੇਟ ਇਹ ਬਣਿਆ ਹੋਇਆ ਇਹਦਾ ਘੇਰਾ, ਅਤੇ ਇੱਦਾਂ ਹੀ ਇਹ ਵਾਲੀ ਬਣੀਆਂ ਹੋਈਆਂ ਇਹਦੀਆਂ ਬਾਜੋ। ਠੀਕ ਹੈ ਜੀ, ਔਰਗੇਂਜ਼ਾ ਲਗਾ ਕੇ ਉੱਪਰ ਸਾਰਾ ਹੀ ਵਰਕ ਕਰਵਾਇਆ ਹੋਇਆ। ਇਹਦੇ ਨਾਲ ਹੈਗਾ ਕੋਟਾ ਡੋਰੀ ਦਾ ਦੁਪੱਟਾ, ਇੱਦਾਂ ਰਹੇਗਾ ਜੀ, ਫੋਰ ਸਾਈਡ ਕੋਰਨਰ 'ਚ ਇਹ ਫੁੱਲ ਰਹਿਣਗੇ ਅਤੇ ਬਾਕੀ ਸਾਰਾ ਕੱਟ ਵਰਕ ਕੀਤਾ ਹੋਇਆ। ਇਸ ਸੂਟ ਦਾ ਪ੍ਰਾਈਸ ਵੀ ਹੁਣ 2500 ਆ, 2500। ਇੱਕ ਸੂਟ ਬਣਾਇਆ ਹੋਇਆ ਜੀ ਅਸੀਂ, ਇਹ ਬਹੁਤ ਪਿਆਰਾ ਜਿਹਾ ਸ਼ੇਡ ਆ, ਇਹ ਹੈਗਾ ਗਲੇਸ ਕੋਟਨ ਦੇ ਉੱਪਰ। ਇਸਦਾ ਵਰਕ ਅਸੀਂ ਸੇਮ ਬੇਸ ਕਲਰ ਦਾ ਹੀ ਰੱਖਿਆ ਹੋਇਆ ਅਤੇ ਨੈੱਟ ਲਗਾ ਕੇ ਵਰਕ ਕੀਤਾ ਹੋਇਆ। ਠੀਕ ਹੈ ਜੀ, ਅਤੇ ਇਹਦੇ ਨਾਲ ਵੀ ਹੈਗਾ ਇਹ ਕੋਟਾ ਡੋਰੀ ਦਾ ਦੁਪੱਟਾ। ਇਹਦੇ ਦੁਪੱਟੇ 'ਤੇ ਫੋਰ ਸਾਈਡ ਇਹ ਵੀ ਸ਼ੇਪ ਦੇ ਵਿੱਚ ਕੱਟ ਵਰਕ ਕੀਤਾ ਹੋਇਆ ਹੈ। ਠੀਕ ਹੈ ਜੀ, ਇਹ ਸੂਟ ਦਾ ਵੀ 2500 ਪ੍ਰਾਈਸ ਆ। ਇਹ ਸੂਟ ਸਾਡੇ ਬਹੁਤ ਜ਼ਿਆਦਾ ਮਤਲਬ ਡਿਮਾਂਡ 'ਤੇ ਸੀਗੇ, ਬਹੁਤ ਸਭ ਨੇ ਲਾਈਕ ਕੀਤੇ। ਇੱਕੋ ਹੀ ਸ਼ੇਡ ਰਹਿ ਗਿਆ ਜੀ, ਕਰੇਪ ਦੇ ਉੱਪਰ ਸੂਟ ਆ, ਰਾਮਟੈਕਸ ਬ੍ਰੈਂਡ ਦਾ ਸੂਟ ਆ ਇਹ, ਅਤੇ 3500 ਇਸ ਸੂਟ ਦਾ ਹੁਣ ਪ੍ਰਾਈਸ ਆ। ਇਹ ਦੇਖੋ ਸੂਟ, ਇਹ ਪਿਓਰ ਕਰੇਪ 'ਤੇ ਆ, ਬਹੁਤ ਸੋਹਣਾ ਸੂਟ ਆ। ਇਹ ਸਾਰੇ ਨਾ ਉੱਪਰ ਵੀ ਥਰੈਡ ਵਰਕ ਕੀਤਾ ਹੋਇਆ ਸੀਕੁਐਂਸ ਦੇ ਨਾਲ ਆ, ਘੇਰਾ ਇਸਦਾ ਵਰਕ ਆ, ਪਲੇਨ ਸਲਵਾਰ ਆ ਜੀ ਇਹਦੇ ਨਾਲ ਕਰੀਮ ਕਲਰ ਦੇ ਉੱਪਰ ਹੀ, ਅਤੇ ਜਿਹੜਾ ਇਹਦਾ ਦੁਪੱਟਾ ਉਹ ਹੈਗਾ ਦੇਖਣ ਵਾਲਾ ਬਿਲਕੁਲ ਨਵੇਂ ਡਿਜ਼ਾਈਨ ਦਾ। ਇਹ 'ਚ ਬਹੁਤ ਸਾਰੇ ਕਲਰ ਸੀਗੇ ਅਤੇ ਇਹ ਲਾਸਟ ਹੀ ਪੀਸ ਪਿਆ ਹੁਣ, ਇੱਦਾਂ ਕੁਛ ਇਹਦੇ ਦੁਪੱਟੇ ਦੀ ਲੁੱਕ। ਅਤੇ 3500 ਪ੍ਰਾਈਸ ਆ ਜੀ ਇਸ ਸੂਟ ਦਾ। ਪ੍ਰਾਈਸ ਤੁਸੀਂ ਨਾਲ ਦੀ ਨਾਲ ਦੇਖੋ ਪਲੀਜ਼ ਸਾਰੇ ਸੂਟਾਂ ਨੇ, ਕਿਉਂਕਿ ਮੈਂ ਨਾਲ ਦੀ ਨਾਲ ਹੀ ਪ੍ਰਾਈਸ ਇਹਨਾਂ ਦੇ ਬਣਾ ਕੇ ਦੱਸ ਰਹੀ ਹਾਂ ਤੁਹਾਨੂੰ। ਫਿਰ ਜਦੋਂ ਤੁਹਾਡੀ ਬੁਕਿੰਗ ਹੋ ਜਾਏਗੀ, ਅਸੀਂ ਜਦੋਂ ਪੈਕ ਕਰਾਂਗੇ ਫਿਰ ਸਭ ਦੇ ਪ੍ਰਾਈਸ ਚੈੱਕ ਕਰਕੇ ਨਾਲ ਦੀ ਨਾਲ ਅਸੀਂ ਪੈਕ ਕਰ ਦਾਂਗੇ ਸੂਟ। ਇਹ ਹੈਗਾ ਜੀ ਮਸਲੀਨ ਦੇ ਉੱਪਰ ਸੂਟ, ਆਰੀ ਵਰਕ ਦੇ ਨਾਲ ਹਾਈਲਾਈਟ ਆ ਸਾਰਾ ਸੂਟ, ਅਤੇ ਇਹਦੇ ਨਾਲ ਮਸਲੀਨ ਦਾ ਹੀ ਦੁਪੱਟਾ। ਇਹ ਪਲੇਨ ਹੈਗੀ ਆ ਜੀ ਇਹਦੇ ਨਾਲ ਸਲਵਾਰ, ਅਤੇ ਪ੍ਰਾਈਸ ਹੈਗਾ ਇਸ ਸੂਟ ਦਾ 2300। ਠੀਕ ਹੈ, ਇਹ ਸੂਟ ਜਿਹੜੇ ਮੈਂ ਖੁਦ ਪ੍ਰਿੰਟ ਕਰਵਾਉਂਦੀ ਹੁੰਦੀ ਉਹ ਵਾਲੇ ਸੂਟ ਨੇ ਜੀ, ਲਾਸਟ ਹੀ ਪੀਸ ਪਿਆ। ਇਹ ਹੈਗੀ ਆ ਚੈੱਕ ਦੇ ਵਿੱਚ ਮਸਲੀਨ, ਬਹੁਤ ਸੋਹਣਾ ਸਟੱਫ ਹੈ ਇਹ, ਲਾਈਟ ਵੇਟ, ਅਤੇ ਸਾਰੇ ਇਹ ਲਾਈਨਿੰਗ ਫੁੱਲ ਲਾਈਨਿੰਗ ਨਾਲ ਸੂਟ ਬਣੇਗਾ ਇਹ ਮੇਰੇ ਵੀ ਤੁਸੀਂ ਗਰਮੀ 'ਚ ਪਾਇਆ ਵਾ ਦੇਖਿਆ ਹੋਏਗਾ ਸੂਟ, ਇਹਦੀ ਫਿਟਿੰਗ ਵਗੈਰਾ ਬਹੁਤ ਸੋਹਣੀ ਆਉਂਦੀ ਆ। ਅਤੇ ਪ੍ਰਾਈਸ ਹੈਗਾ ਜੀ ਇਸ ਸੂਟ ਦਾ ਹੁਣ 2500, ਪਹਿਲਾਂ ਸੀਗਾ 2800, 2900 ਪ੍ਰਾਈਸ ਸੀਗਾ ਇਹਨਾਂ ਸੂਟਾਂ ਦਾ। ਇਹ ਹੈਗਾ ਦੁਪੱਟਾ ਸੇਮ ਹੀ ਸਟੱਫ ਦੇ ਉੱਪਰ ਮਸਲੀਨ ਦਾ। ਠੀਕ ਹੈ ਜੀ, ਇੱਕ ਸੂਟ ਇਹ ਹੈਗਾ ਪਸ਼ਮੀਨੇ ਦੇ ਉੱਪਰ, ਦੇਖੋ ਜੀ ਨੈਕਸਟ ਸੂਟ, ਇਹ ਲਾਸਟ ਹੀ ਪੀਸ ਆ ਮਸਟਰਡ ਸ਼ੇਡ ਦੇ ਉੱਪਰ, ਮੇਰੇ ਇਹਦੇ ਨਾਲ ਦਾ ਗ੍ਰੀਨ ਕਲਰ ਦਾ ਸੂਟ ਪਾਇਆ ਹੁੰਦਾ, ਅਤੇ ਇਹਦੀ ਵੀ ਬਹੁਤ ਸਾਰੀ ਡਿਮਾਂਡ ਸੀਗੀ ਸੂਟਾਂ ਦੀ, ਇਹ ਅਸੀਂ ਕਾਫੀ ਸਾਰੀ ਬੁਕਿੰਗ ਲਈ ਹੋਈ ਸੀਗੀ। ਲਾਸਟ ਪੀਸ ਪਿਆ ਹੁਣ ਮਸਟਰਡ ਸ਼ੇਡ ਦੇ ਵਿੱਚ, ਅਨਾਉਂਸ ਪਾਉਂਦਾ ਹੈਗਾ ਦੁਪੱਟਾ। ਠੀਕ ਹੈ, ਇਹ ਸੂਟ ਨੇ ਜਿਹੜੇ ਮੈਂ ਥੋੜ੍ਹੇ ਦਿਨ ਪਹਿਲਾਂ ਦਿਖਾਏ ਸੀਗੇ, ਵੀਡੀਓ 'ਚ ਰਿਪੀਟ ਸੈੱਟ ਆ ਗਏ ਜੀ, ਜਿਨ੍ਹਾਂ ਨੇ ਦੁਬਾਰਾ ਲੈਣੇ ਹੋਏ ਤਾਂ ਦੱਸ ਦਿਓ। ਇਹ ਵੀ ਹੈਗਾ ਜੀ ਬਹੁਤ ਪਿਆਰੇ ਸਟੱਫ ਦੇ ਉੱਪਰ ਪਸ਼ਮੀਨੇ ਦਾ ਸੂਟ ਆ, ਕਾਫੀ ਸਾਰੀ ਡਿਮਾਂਡ ਸੀਗੀ ਇਹਨਾਂ ਸੂਟਾਂ ਦੀ, ਜਦੋਂ ਮੈਂ ਪਾਇਆ ਤਾਂ ਬਹੁਤ ਸਾਰੀਆਂ ਫੋਟੋਜ਼ ਆਉਂਦੀਆਂ ਸੀ। ਇਹ ਲਾਈਟ ਡਾਰਕ ਦੇ ਵਿੱਚ ਆ, ਜਿੱਦਾਂ ਉੱਪਰੋਂ ਲਾਈਟ ਆ ਜੀ, ਅਤੇ ਨੀਚੇ ਤੋਂ ਡਾਰਕ ਨੇ ਸੂਟ। ਇਹਦੇ ਨਾਲ ਹੀ ਮਹਿੰਦੀ ਕਲਰ ਦੀ ਸਲਵਾਰ ਆ,
ਤੇ ਨਾਲ ਹੈਗੇ ਨੇ ਚਨੌਰ ਸ਼ਿਫੋਨ ਦੇ ਬਹੁਤ ਪਿਆਰੇ ਜਿਹੇ ਦੁਪੱਟੇ। ਸਟੱਫ ਈਜ਼ੀਲੀ ਇਹ ਮਾਰਚ ਵਗੈਰਾ ਤੱਕ ਪਈ ਜਾਂਦਾ, ਬਹੁਤ ਸੋਹਣਾ ਸਟੱਫ ਆ, ਸੋਫਟ ਸਟੱਫ ਆ। ਇਹ ਹੈਗਾ ਚਨੌਰ ਸ਼ਿਫੋਨ ਦਾ, ਇਹਦੇ ਨਾਲ ਇੱਦਾਂ ਪ੍ਰਿੰਟ ਵਾਲਾ ਦੁਪੱਟਾ, ਠੀਕ ਹੈ, ਠੀਕ ਹੈ ਜੀ। ਅਤੇ ਇਹ ਸੂਟ ਹੈਗਾ 2700 ਦਾ, ਇਹਦੇ ਵਿੱਚ ਇਹ ਕਲਰ ਆਪਸ਼ਨ ਦੇਖ ਲਓ। ਇਹ ਸੈਕਿੰਡ ਇਹਦੇ ਸਲਵਾਰ ਦਾ ਕਲਰ ਆ ਜੀ, ਇਹ ਫਸਟ ਇਹਦਾ ਸ਼ੇਡ ਆ ਅਤੇ ਸੈਕਿੰਡ ਸ਼ੇਡ ਉੱਪਰੋਂ ਹੀ ਲਾਈਟ ਆ ਜਾਏਗਾ, ਲਾਈਟ ਡਾਰਕ ਦੇ ਕੰਟਰਾਸਟ ਰਹਿਣਗੇ। ਅਤੇ ਇਹ ਹੈਗਾ ਇਹਦਾ ਥਰਡ ਕਲਰ, ਫੋਰਥ ਕਲਰ ਦੀ ਬੁਕਿੰਗ ਅਸੀਂ ਲੈ ਚੁੱਕੇ ਸੀ ਪਹਿਲਾਂ ਹੀ। ਇਹ ਲਾਈਟ ਗ੍ਰੇ ਆ ਗਿਆ, ਇਹ ਨੀਚੇ ਡਾਰਕ ਹੈ ਜੀ, ਅਤੇ ਇਹ ਹੈਗਾ ਮਾਊਸ ਗ੍ਰੇ ਜਿਹਾ ਸ਼ੇਡ ਆ ਇਹਦਾ ਸਲਵਾਰ ਦਾ ਸਟਾਫ। ਤਿੰਨ ਤਿੰਨ ਮੀਟਰ ਦੀਆਂ ਸਲਵਾਰ ਹੈ, ਬਹੁਤ ਸੋਹਣੇ ਸੂਟ ਹੈ। ਅਤੇ ਇੱਕ ਸੂਟ ਇਹ ਸੀਗਾ ਜੀ, ਇਹਦੀ ਵੀ ਬਹੁਤ ਸਾਰੀ ਡਿਮਾਂਡ ਆਈ ਸੀ ਮੇਰੇ ਕੋਲ, ਮਤਲਬ ਇਹ ਪਹਿਲਾਂ ਮੈਂ ਤੁਹਾਨੂੰ ਪਸ਼ਮੀਨੇ 'ਤੇ ਦਿਖਾਇਆ ਸੀ, ਹੁਣ ਇਹ ਸੂਟ ਹੈਗਾ ਇਹ ਜਾਮ ਕੋਟਨ ਦੇ ਉੱਪਰ, ਬਹੁਤ ਡਿਮਾਂਡਿਡ ਸੂਟ ਹੈ ਵੀ, ਕਾਫੀ ਸਾਰੀ ਡਿਮਾਂਡ ਹੈ ਇਸ ਸੂਟ ਦੀ ਵੀ, ਠੀਕ ਹੈ ਜੀ। ਇਹਦੇ ਨਾਲ ਦਾ ਮੇਰੇ ਬਲੂ ਕਲਰ ਦਾ ਸੂਟ ਪਸ਼ਮੀਨੇ ਦਾ ਪਾਇਆ ਸੀਗਾ, ਅਤੇ ਫਿਰ ਅਸੀਂ ਬਹੁਤ ਸਾਰੇ ਸੂਟ ਪਸ਼ਮੀਨੇ ਦੇ ਸੇਲ ਕੀਤੇ ਸੀਗੇ। ਇਹ ਦੇਖੋ ਇਹ ਸਲਵਾਰ ਦੇ ਪੌਂਚਿਆਂ 'ਤੇ ਵਰਕ ਆ, ਅਤੇ ਹੁਣ ਇਹ ਕੋਟਨ ਦੇ ਉੱਪਰ ਆ ਗਿਆ, ਸੇਮ ਹੀ ਪ੍ਰਿੰਟ ਸੇਮ ਹੀ ਕਲਰ ਦੇ ਉੱਪਰ। ਇਹ ਫਿਲਹਾਲ ਹਲੇ ਮੇਰੇ ਕੋਲ ਸਿੰਗਲ ਪੀਸ ਹੀ ਆ, ਅਤੇ ਇਹਦਾ ਇਹ ਹੈਗਾ ਜੀ ਦੁਪੱਟਾ, ਇਹ ਵਿਦਾਊਟ ਲਾਈਨਿੰਗ ਸੂਟ ਬਣੇਗਾ, ਬਾਕੀ ਲਾਈਨਿੰਗ ਲਗਾਉਣੀ ਹੈ ਤੁਹਾਡੀ ਚੋਇਸ ਆ। ਚਨੌਰ ਸ਼ਿਫੋਨ ਦਾ ਹੈਗਾ ਦੁਪੱਟਾ ਇਹਦੇ ਨਾਲ, ਠੀਕ ਹੈ ਜੀ, ਰਾਮਟੈਕਸ ਬ੍ਰਾਂਡ ਦਾ ਸੂਟ ਆ, ਕੁਛ ਇੱਦਾਂ ਦੀ ਲੁੱਕ ਆ ਸੂਟ ਦੀ, ਪੌਂਚਿਆਂ 'ਤੇ ਵਰਕ ਹੈ ਜੀ। ਅਤੇ ਪ੍ਰਾਈਸ ਇਸ ਸੂਟ ਦਾ ਹੈਗਾ ਜੀ 2850, ਠੀਕ ਹੈ। ਨੈਕਸਟ ਤੁਹਾਨੂੰ ਮੈਂ ਪਾਰਟੀ ਵੇਅਰ ਸੂਟ ਦਿਖਾਉਂਦੀ ਹਾਂ, ਉਹ ਵੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਦੇਣ ਜਾ ਰਹੇ ਹਾਂ ਅਸੀਂ ਸੂਟ ਇਹ। ਇਹ ਹੈਗੀ ਆ ਜੀ ਔਰਗੇਂਜ਼ਾ ਦੀ ਸ਼ਰਟ, ਇਹ ਗਰਲਿਸ਼ ਜੀ ਲੁੱਕ ਦੇ ਸੂਟ ਨੇ ਸਾਰੇ, ਠੀਕ ਹੈ। ਅਤੇ ਇਹ ਹੈਗੀ ਆ ਸਿਲਕ ਦੀ ਸਲਵਾਰ, ਸਲਵਾਰ ਦੇ ਪੌਂਚਿਆਂ 'ਤੇ ਰਹੇਗਾ ਜੀ ਇਹ ਵਾਲਾ ਵਰਕ, ਤੁਸੀਂ ਪੈਂਟ ਸਲਵਾਰ ਪਲਾਜ਼ੋ ਕੁਛ ਮਰਜ਼ੀ ਬਣਾ ਸਕਦੇ ਹੋ। ਅਤੇ ਨਾਲ ਇਹ ਰਹਿਣਗੇ ਜੀ ਔਰਗੇਂਜ਼ਾ ਦੇ ਇਹਨਾਂ ਦੇ ਦੁਪੱਟੇ, ਕਿਉਂਕਿ ਕਾਫੀ ਸਾਰੇ ਮੈਸੇਜ ਆ ਰਹੇ ਸਾਨੂੰ ਘੱਟ ਪ੍ਰਾਈਜ਼ ਦੇ ਸੂਟ ਵੀ ਦਿਓ। ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਹੁਣ 2500, 2500 ਦਾ ਸੂਟ ਆ। ਇਹ ਹੈਗੀ ਇਹਦੇ ਵਿੱਚ ਸੈਕਿੰਡ ਕਲਰ ਆਪਸ਼ਨ, ਠੀਕ ਹੈ, ਦੋ ਹੀ ਸੂਟ ਨੇ ਇਹ। ਅਤੇ ਥਰਡ ਵਨ ਤੁਹਾਨੂੰ ਦੇ ਰਹੇ ਹਾਂ, ਔਰਗੇਂਜ਼ਾ ਦੇ ਉੱਪਰ ਸੂਟ ਹੈ ਜੀ ਇਹ। ਇਹ ਹੈਗੀ ਸ਼ਰਟ ਬਣੀ ਹੋਈ ਬਹੁਤ ਸੋਹਣੀ, ਠੀਕ ਹੈ, ਪੈਚ ਲਗਾ ਕੇ ਪ੍ਰਿੰਟ ਪੈਚ ਲੱਗਿਆ ਹੋਇਆ ਹੈ, ਅਤੇ ਨੀਚੇ ਬਣਿਆ ਹੋਇਆ ਜੀ ਸਾਰੀ ਇਹ ਮਸ਼ੀਨੀ ਵਰਕ ਦੇ ਨਾਲ ਸੂਟ, ਗੋਟਾ ਪੱਤੀ ਦਾ ਕੰਮ ਹੋਇਆ ਵਾ ਉੱਪਰ, ਸਿਲਕ ਦੀ ਸਲਵਾਰ ਆ, ਅਤੇ ਨਾਲ ਹੈਗੇ ਇਹਦੇ ਇਹ ਔਰਗੇਂਜ਼ਾ ਦਾ ਦੁਪੱਟਾ, ਮਤਲਬ ਇੱਕ ਬਹੁਤ ਸੋਹਣਾ ਦੁਪੱਟਾ ਹੈ, ਬਹੁਤ ਸੋਹਣਾ ਸੂਟ ਆ। ਇਸ ਤੁਹਾਨੂੰ ਕਲਰ ਮਿਲ ਜਾਣਗੇ, ਇਸ 'ਚ ਇੱਕ ਕਲਰ ਇਹ ਮਿਲ ਜਾਏਗਾ ਜੀ, ਇਹ ਵੀ ਕਲਰ ਸੋਹਣਾ ਹੈ, ਪਿਆਰਾ ਕਲਰ ਨਿਓਨ ਜਿਹਾ ਸ਼ੇਡ ਆ, ਬਹੁਤ ਸੋਹਣਾ। ਇਹ ਹੈਗਾ ਇਹਦਾ ਸ਼ਰਟ, ਇੱਦਾਂ ਰਹੂਗੀ ਸ਼ਰਟ, ਠੀਕ ਹੈ। ਇਹ ਹੈਗਾ ਇਹਦਾ ਦੁਪੱਟਾ,
ਠੀਕ ਹੈ ਜੀ। ਇਹ ਸੂਟ ਦਾ 3900 ਪ੍ਰਾਈਸ ਸੀਗਾ ਅਤੇ ਹੁਣ ਚਲੋ ਅਸੀਂ 3500 ਦੇ ਵਿੱਚ ਦਿੰਦੇ ਹਾਂ। ਇਸ 'ਤੇ ਤੁਹਾਨੂੰ ਬਾਜੂ 'ਤੇ ਵੀ ਵਰਕ ਮਿਲੇਗਾ ਬਹੁਤ ਸੋਹਣਾ ਫਲਾਰ। 3500 ਦੇ ਸੂਟ ਨੇ ਜੀ ਇਹ, ਜਿਹੜਾ ਵੀ ਸੂਟ ਲੈਣਾ, ਜਿਹੜਾ ਵੀ ਕਲਰ ਲੈਣਾ ਤੁਸੀਂ ਲੈ ਸਕਦੇ ਹੋ। ਅਤੇ ਇਹਦੇ ਵਿੱਚ ਹੈਗੇ ਨੇ 3 ਕਲਰ, ਠੀਕ ਹੈ ਜੀ। ਨੈਕਸਟ ਦੇ ਰਹੇ ਹਾਂ, ਬਹੁਤ ਪਿਆਰਾ ਸੂਟ ਹੈ ਜੀ। ਇਹ ਸੀਗਾ ਜੀ 3100 ਦਾ ਸੂਟ, ਅਤੇ ਹੁਣ ਤੁਹਾਨੂੰ ਇਹ ਵੀ ਅਸੀਂ ਦੇ ਰਹੇ ਹਾਂ ਜੀ ਬਹੁਤ ਘੱਟ ਪ੍ਰਾਈਸ ਦੇ ਉੱਪਰ, ਠੀਕ ਹੈ। ਇਹ ਵੀ ਤੁਹਾਨੂੰ ਅਸੀਂ 2700 ਦਾ ਸੂਟ ਦੇ ਰਹੇ ਹਾਂ ਹੁਣ, ਕਿਉਂਕਿ ਅਸੀਂ ਇਹ ਸਾਰੇ ਸੂਟ ਕੱਢ ਰਹੇ ਹਾਂ ਅਤੇ ਨੈਕਸਟ ਅਸੀਂ ਕੁਛ ਹੋਰ ਲੈ ਕੇ ਆਉਣਾ। ਇਹ ਆਪਣੇ ਖਰੀਦਦਾਰੀਆਂ ਤੋਂ ਵੀ ਤੁਹਾਨੂੰ ਘੱਟ ਪ੍ਰਾਈਸ ਦੇ ਰਹੇ ਹਾਂ ਸਾਰੇ ਸੂਟ, ਕਿਉਂਕਿ ਅਸੀਂ ਜਸਟ ਕੱਢਣੇ ਹੈ ਜੀ ਔਰਗੈਂਜ਼ਾ ਦਾ ਦੁਪੱਟਾ। ਅਤੇ ਇਹ ਹੈਗੀ ਇਹਦੇ ਵਿੱਚ ਕਲਰ, ਇਹ ਵੀ ਕਲਰ ਸੋਹਣਾ ਹੈ ਪਿਸਤਾ ਜਿਹਾ ਸ਼ੇਪ, ਕਿਉਂਕਿ ਜੇ ਜ਼ਿਆਦਾ ਟਾਈਮ ਸੂਟ ਮੇਰੇ ਕੋਲ ਕੋਈ ਪਿਆ ਰਿਹਾ, ਅੱਜ ਵੀ 2-2.5 ਮਹੀਨੇ ਤਾਂ ਮੈਨੂੰ ਇੱਦਾਂ ਹੁੰਦਾ ਕਿ ਇਹਨੂੰ ਕੱਢ ਦਈਏ, ਕੁਛ ਹੋਰ ਨਵਾਂ ਤੁਹਾਨੂੰ ਡੇਲੀ ਦਿਖਾਉਣਾ ਹੁੰਦਾ ਹੈ। ਇਹ ਤੁਹਾਨੂੰ ਬਹੁਤ ਘੱਟ ਪ੍ਰਾਈਸ 'ਤੇ ਮਿਲ ਰਹੇ ਨੇ ਸਾਰੇ ਸੂਟ। 3500 ਦਾ ਸੂਟ ਹੈ ਜੀ, ਇਹ ਵੀ ਤੁਹਾਨੂੰ ਹੁਣ ਇਸ ਵਾਰ ਲਗਾਵਾਂਗੇ ਅਸੀਂ। ਅਤੇ ਇਹਦੇ ਪੌਂਚਿਆਂ 'ਤੇ ਵਰਕ ਆ, ਅਤੇ ਇਹ ਵੀ ਹੈਗਾ ਜੀ ਸਾਰੇ ਦੁਪੱਟੇ 'ਤੇ ਵਰਕ। ਇੱਦਾਂ ਹਾਂਜੀ, ਮੈਂ ਤੁਹਾਨੂੰ ਅੱਜ ਮਿਕਸ ਕੁਲੈਕਸ਼ਨ ਦਿਖਾਈ ਆ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਏਗੀ, ਕਮੈਂਟ ਕਰਕੇ ਜ਼ਰੂਰ ਦੱਸ ਦਿਓ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆਇਆ। ਅਤੇ ਹੁਣ ਆਪਾਂ ਕੱਢਣ ਜਾ ਰਹੇ ਹਾਂ ਅੱਜ ਦਾ ਆਪਣਾ ਵੀਕਲੀ ਕਮੈਂਟ, ਜਿਹੜੇ ਆਪਾਂ ਨੂੰ ਕਮੈਂਟ ਕਰਦੇ ਹਾਂ ਲੱਕੀ ਕਮੈਂਟ, ਠੀਕ ਹੈ ਜੀ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਅਸੀਂ, ਅਤੇ ਜਿਹੜਾ ਪਹਿਲਾ ਸੀਗਾ ਨਿਕਲਿਆ ਲਾਸਟ ਵੀਕ ਦੇ ਵਿੱਚ, ਉਹ ਸੀਗਾ ਮੋਹਾਲੀ ਤੋਂ। ਉਹਨਾਂ ਨੇ ਮੈਨੂੰ ਵੀਡੀਓ ਬਣਾ ਕੇ ਭੇਜੀ, ਆਪਣਾ ਫੇਸ ਤਾਂ ਖੈਰ ਨਹੀਂ ਦਿਖਾਇਆ, ਚਲੋ ਕੋਈ ਗੱਲ ਨਹੀਂ। ਤਾਂ ਪਲੀਜ਼ ਉਹਨਾਂ ਨੂੰ ਵੀ, ਮੈਂ ਉਹਨਾਂ ਨੂੰ ਤਾਂ ਖੈਰ ਨਹੀਂ, ਹੁਣ ਨੈਕਸਟ ਜਿਨ੍ਹਾਂ ਨੂੰ ਨਿਕਲੇਗਾ ਜੀ, ਤੁਸੀਂ ਵੀ ਮੈਨੂੰ ਵੀਡੀਓ ਬਣਾ ਕੇ ਭੇਜਣੀ ਆ ਵਿਦ ਆਪਣਾ, ਮਤਲਬ ਕਿ ਤੁਸੀਂ ਕਿੱਥੋਂ, ਤੁਹਾਨੂੰ ਨਿਕਲਿਆ ਜਿੱਦਾਂ ਮੋਹਾਲੀ ਸੀਗਾ, ਉਹਨਾਂ ਨੇ ਵਿੱਚ ਮੈਨਸ਼ਨ ਨਹੀਂ ਕੀਤਾ ਵੀ ਅਸੀਂ ਮੋਹਾਲੀ ਤੋਂ ਹਾਂ, ਤਾਂ ਜ਼ਰੂਰ ਮੈਨਸ਼ਨ ਕਰਿਓ ਤਾਂ ਜੋ ਹੋਰਾਂ ਨੂੰ ਅੱਗੇ ਨੂੰ ਵੀ ਪਤਾ ਲੱਗੇ ਸਾਰਿਆਂ ਨੂੰ, ਠੀਕ ਹੈ। ਅਤੇ ਉਹ ਵੀਡੀਓ ਮੈਂ ਇਸ ਦੇ ਨਾਲ ਐਡ ਕਰ ਦਾਂਗੀ ਜਿਨ੍ਹਾਂ ਨੂੰ ਉਹ ਵਾਲਾ ਨਿਕਲਿਆ ਕਮੈਂਟ, ਮਤਲਬ ਗਿਫਟ ਮਿਲਿਆ, ਠੀਕ ਹੈ। ਅਤੇ ਹੁਣ ਦੇਖ ਲਓ ਜੀ ਅੱਜ ਦੇ ਆਪਾਂ ਕੱਢਦੇ ਹਾਂ ਨੈਕਸਟ ਵੀਡੀਓ ਦੇ ਵਿੱਚੋਂ ਲੱਕੀ ਕਮੈਂਟ। ਠੀਕ ਹੈ ਜੀ, ਇਹ ਵੀਡੀਓ ਹੈਗੀ ਹੈ ਮੇਰੀ 6 ਤਰੀਕ ਦੀ, 6/2/2024 ਦੀ, ਠੀਕ ਹੈ। ਆਪਾਂ ਇਹਦੇ ਕਮੈਂਟ ਖੋਲਦੇ ਹਾਂ ਸਾਰੇ, ਇਸ ਦੇ ਵਿੱਚ ਕਮੈਂਟ ਕਿੰਨੇ ਹੋਣਗੇ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਜਦੋਂ ਆਪਾਂ ਇੱਕ ਵਾਰੀ ਸਾਰੇ ਇੱਦਾਂ ਕਮੈਂਟ ਖੋਲ ਲਾਂਗੇ, ਫਿਰ ਨੈਕਸਟ ਟਾਈਮ ਈਜ਼ੀਲੀ ਇਹ ਸਾਰੇ ਅਪ ਡਾਊਨ ਹੁੰਦੇ ਰਹਿਣਗੇ। ਤਕਰੀਬਨ 350 ਕਮੈਂਟ ਦੇ ਨੀਅਰ ਅਬਾਊਟ ਹੋਏਗਾ ਜੀ। ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮੈਂ ਦੇਖਿਆ ਕਰਨਾ ਜਿਨ੍ਹਾਂ ਨੂੰ ਕਮੈਂਟ, ਮਤਲਬ ਕਿ ਨਿਕਲਿਆ ਪਾਰਸਲ, ਉਹਨਾਂ ਨੇ ਮੈਨੂੰ ਕਿੰਨੇ ਕੁ ਕਮੈਂਟ ਹੋਣਗੇ ਉਹਨਾਂ ਦੇ, ਠੀਕ ਹੈ ਜੀ। ਇਹ ਹੈਗਾ ਆਪਣੇ ਸਾਰੇ ਕਮੈਂਟ। ਹੁਣ ਦੇਖੋ ਜਦੋਂ ਮੈਂ ਇੱਦਾਂ ਉੱਪਰ ਕਰਾਂਗੀ ਤਾਂ ਈਜ਼ੀਲੀ ਉੱਪਰ ਨੀਚੇ ਹੁੰਦਾ ਰਹੇਗਾ। ਕਾਫੀ ਸਾਰੇ ਕਮੈਂਟ ਨੇ, ਦੇਖਦੇ ਲੱਕੀ ਕੌਣ ਹੈ ਜੀ ਅੱਜ ਦਾ, ਠੀਕ ਹੈ। ਇਹ ਆ ਗਏ ਜੀ
ਇਹ ਹੈਗੇ ਨੇ ਚਹਿਲ ਗੇਮਰ, ਠੀਕ ਹੈ। ਇਹਨਾਂ ਨੇ ਲਿਖਿਆ ਵਾ ਬਹੁਤ ਸੋਹਣੇ ਸੂਟ ਨੇ, ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਪੈਣੇ, ਹੈ ਨਾ। ਅਤੇ ਇਹ ਹੈਗੇ ਨੇ ਜੀ ਚਹਿਲ ਗੇਮਰ 7230 ਇਹਨਾਂ ਦੀ ਆਈ ਡੀ ਆ। ਅਤੇ ਤੁਸੀਂ ਮੈਨੂੰ ਆਪਣਾ ਮਤਲਬ ਕਿ ਜਿਹੜੀ ਮੇਨ ਆਈ ਡੀ ਹੋਏਗੀ ਤੁਹਾਡੀ ਉਹ ਖੋਲ੍ਹ ਕੇ ਅਤੇ ਉਸ 'ਤੇ ਸਕਰੀਨਸ਼ੋਟ ਲੈ ਕੇ ਭੇਜਣਾ, ਪਲੱਸ ਮੇਰੇ ਵਟਸਐਪ ਨੰਬਰ ਦੇ ਉੱਪਰ, ਠੀਕ ਹੈ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਅੱਜ ਦਾ ਤੁਹਾਡਾ ਲੱਕੀ ਕਮੈਂਟ ਰਿਹਾ ਕੀਤਾ ਹੋਇਆ, ਤੁਹਾਨੂੰ ਅਸੀਂ ਸੋਹਣਾ ਜਿਹਾ ਸੂਟ ਭੇਜਾਂਗੇ। ਤੁਸੀਂ ਮੈਨੂੰ ਵਟਸਐਪ 'ਤੇ ਆਪਣਾ ਐਡਰੈਸ ਸੈਂਡ ਕਰਨਾ ਅਤੇ ਆਪਣੇ ਮੇਨ ਆਈ ਡੀ ਜਿਹੜੀ ਤੁਹਾਡੀ ਯੂਟਿਊਬ ਦੀ ਮੇਨ ਆਈ ਡੀ ਆ ਉਹ ਮੈਨੂੰ ਸੈਂਡ ਕਰਨੀ ਆ। ਅਤੇ ਉਮੀਦ ਕਰਦੀ ਹਾਂ ਜੀ ਤੁਹਾਨੂੰ ਮੇਰਾ ਇਹ ਵਾਲਾ ਉਪਰਾਲਾ ਵੀ ਵਧੀਆ ਲੱਗਦਾ ਹੋਏਗਾ। ਤੁਸੀਂ ਵੀ ਮੈਨੂੰ ਕਮੈਂਟ ਕਰਦੇ ਰਹੋ, ਨੈਕਸਟ ਟਾਈਮ ਪਤਾ ਨਹੀਂ ਕਿਹਦਾ ਮਤਲਬ ਕਿ ਲੱਕੀ ਕਮੈਂਟ ਹੋ ਸਕਦਾ, ਹੈ ਨਾ। ਅਤੇ ਇਹ ਮੈਂ ਕੋਈ ਦੇਖ ਕੇ ਨਹੀਂ ਕਰਦੀ ਹੈਗੀ, ਮੈਂ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ ਜੀ ਤੁਹਾਡੇ ਸਾਹਮਣੇ ਜਾਂ ਲਾਈਵ ਹੁੰਦਾ ਜੋ ਵੀ ਹੁੰਦਾ ਹੈ। ਅਤੇ ਬਾਕੀ ਵੀਡੀਓ ਦੇਖਣ ਲਈ ਥੈਂਕ ਯੂ ਜੀ, ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ ਸੋ ਮੱਚ। ਤੁਹਾਡਾ ਭੇਜਿਆ ਹੋਇਆ ਦੀਦੀ ਸੂਟ ਮੈਨੂੰ ਥੋੜ੍ਹੀ ਦੇਰ ਪਹਿਲਾਂ ਹੀ ਮਿਲਿਆ, ਬਹੁਤ ਸੋਹਣਾ ਕਲਰ ਹੈ, ਬਹੁਤ ਮਨ ਖੁਸ਼ ਹੋਇਆ ਦੇਖ ਕੇ, ਬਹੁਤ ਸੋਹਣਾ, ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ। ਵਿਦਸ਼ਾਲ ਦੁਪੱਟਾ ਬਹੁਤ ਸੋਹਣਾ ਸੂਟ ਸੀ, ਧੰਨਵਾਦ, ਬਹੁਤ ਸੋਹਣਾ ਸੂਟ।